ਸੂਬਾ ਦੀ ਚੋਣਾਂ ਦਾ ਸਮਾਂ ਨਜ਼ਦੀਕ ਆਉਣ ਦੇ ਨਾਲ ਨਾਲ ਸ਼ਹਿਰ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਮਜ਼ਬੂਤ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸਵੇਰੇ BC NDP ਦੇ ਉਮੀਦਵਾਰਾਂ ਵੱਲੋਂ ਇੱਕ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਸਰੀ ਪੈਨੋਰਾਮਾ ਦੀ ਇੱਕ ਅਹਿਮ ਜ਼ਮੀਨ ਅਤੇ ਉਸ ਉੱਪਰ ਬਣਾਏ ਜਾਣ ਵਾਲੇ ਹਸਪਤਾਲ ਜੋ ਕਿ ਹੋਂਦ ਵਿੱਚ ਨਹੀਂ ਆਇਆ ਬਾਰੇ ਗੱਲਬਾਤ ਕੀਤੀ। ਜਦੋਂ ਅਸੀਂ ਦੇਖੀਏ ਇਸ ਜ਼ਮੀਨ ਵੱਲ ਜਿਹੜਾ ਬਿਲਕੁਲ ਬੁਸ਼ਿਜ਼ ਨਾਲ ਭਰਿਆ ਪਿਆ ਆ, ਇੱਥੇ ਇੱਕ ਹਸਪਤਾਲ ਬਣਨਾ ਚਾਹੀਦਾ ਸੀਗਾ, ਪਰ ਲਿਬਰਲ ਸਰਕਾਰ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਜ਼ਮੀਨ ਵੇਚ ਦਿੱਤੀ। ਹੁਣ ਇੱਥੇ ਟਾਊਨ ਹਾਊਸਿਸ ਬਣਨੇ ਆ, ਹਸਪਤਾਲ ਨਹੀਂ। ਇਹਦੀ ਬੈਕਗਰਾਉਂਡ ਦੇਖੀ ਜਾਵੇ ਤਾਂ NDP ਨੇ 1990s ਦੇ ਵਿੱਚ ਇਹ ਲੈਂਡ ਖਰੀਦੀ ਸੀਗੀ, ਕਿਉਂਕਿ ਉਹ ਗਾਂਹ ਸੋਚ ਰਹੇ ਸੀਗੇ ਪਾਪੂਲੇਸ਼ਨ ਇਸ ਏਰੀਆ 'ਚ ਬਹੁਤ ਵਧਣੀ ਹੈਗੀ ਆ, ਅਤੇ ਇਸ ਕਰਕੇ ਉਹਨਾਂ ਨੇ ਪਲੈਨਿੰਗ ਸ਼ੁਰੂ ਕਰ ਦਿੱਤੀ ਸੀ। ਪਰ ਲਿਬਰਲ ਦੇ ਵੀ ਈਵਨ ਜਦੋਂ ਗੋਰਡਨ ਕੈਂਬਲ ਹੁਣੀ ਆਏ ਸੀਗੇ, ਉਹਨੇ ਵੀ 2006 ਦੇ ਵਿੱਚ ਕਿਹਾ ਸੀ ਇੱਥੇ ਨਵਾਂ ਹਸਪਤਾਲ ਅਸੀਂ ਬਣਾਵਾਂਗੇ। ਬੇਸ਼ੱਕ ਦੀ ਇਨਸਾਨ ਵੱਡੇ ਵੱਡੇ ਮਹਿਲਾਂ 'ਚ ਰਹਿੰਦਾ ਆ, ਬੇਸ਼ੱਕ ਦੀ ਕੋਈ ਇਨਸਾਨ ਬੇਸਮੈਂਟ ਸੂਟ ਵਿੱਚ ਰਹਿੰਦਾ ਆ ਜਾਂ ਅਪਾਰਟਮੈਂਟ ਜਾਂ ਟਾਊਨ ਹਾਊਸ ਵਿੱਚ, ਹਰ ਇੱਕ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਆ ਜਦੋਂ ਅਸੀਂ ਜਾਈਦਾ ਆ, ਜਿਨੀ ਹਸਪਤਾਲ ਦਾ ਬਹੁਤ ਬੁਰਾ ਹਾਲ ਆ, ਬਹੁਤ ਓਵਰ ਕਰਾਊਡਿੰਗ ਆ, ਸਾਨੂੰ ਇੱਕ ਹੋਰ ਹਸਪਤਾਲ ਚਾਹੀਦਾ ਆ। ਸਾਡੀ ਪਾਰਟੀ ਨੇ ਪਹਿਲਾਂ ਹੀ ਪਲੈਟਫਾਰਮ ਵਿੱਚ ਪਾਇਆ ਸੀਗਾ, ਅਸੀਂ ਸਕੂਲ ਵੀ ਬਣਾਵਾਂਗੇ, ਅਸੀਂ ਹਸਪਤਾਲ ਵੀ ਬਣਾਵਾਂਗੇ। ਔਰ ਇਸ ਕਰਕੇ ਅਸੀਂ ਅੱਜ ਇੱਥੇ ਆ ਕੇ ਐਲਾਨ ਕੀਤਾ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਕਿਸਟਰੀ ਕਲਾਰਕ ਜਿਹੜਾ ਉਹ ਸਰੀ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਵਾਸਤੇ ਜਾਂ ਹੈਲਥ ਕੇਅਰ ਵਾਸਤੇ ਉਹ ਇਹਦੇ ਵਾਸਤੇ ਸੀਰੀਅਸ ਨਹੀਂ ਆ। ਦੂਸਰੇ ਪਾਸੇ ਸਰੀ ਪੈਨੋਰਾਮਾ ਤੋਂ BC ਲਿਬਰਲ ਪਾਰਟੀ ਦੀ ਉਮੀਦਵਾਰ ਪੁਨੀਤ ਸੰਦਰ ਵੱਲੋਂ ਇਸ ਮੁੱਦੇ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਇਸ ਨੂੰ ਸਿਰਫ ਵੋਟਾਂ ਇਕੱਠੀਆਂ ਕਰਨ ਲਈ ਪੋਲਿਟਿਕਸ ਸਟੰਟ ਦਾ ਨਾਮ ਦਿੱਤਾ ਗਿਆ ਹੈ। ਮੈਨੂੰ ਹਾਸਾ ਆ ਰਿਹਾ ਜੀ, ਜੇ ਉਹਨਾਂ ਨੇ ਜ਼ਮੀਨ ਖਰੀਦੀ ਸੀ ਫਿਰ ਹੋਸਪਿਟਲ ਬਣਾਇਆ ਕਿਉਂ ਨਹੀਂ? NDP 10 ਸਾਲ ਸਰਕਾਰ ਦੇ ਵਿੱਚ ਰਹੀ ਹੈ ਅਤੇ 10 ਸਾਲਾਂ ਦਾ ਜੇ ਉਹਨਾਂ ਨੂੰ ਤੁਸੀਂ ਕੁਐਸਚਨ ਪੁੱਛੋ ਵੀ ਤੁਸੀਂ ਤੁਸੀਂ ਹੁਣ ਤਾਂ ਬੜੇ ਪੈਸ਼ਨੇਟ ਹੋ ਹੈਲਥ ਕੇਅਰ ਲਈ, 10 ਸਾਲ ਤੁਹਾਡੇ ਕੋਲ ਸੀਗੇ, ਤੁਸੀਂ ਜ਼ਮੀਨ ਵੀ ਲੈ ਕੇ ਰੱਖ ਲਈ, ਫਿਰ ਹੋਸਪਿਟਲ ਕਿਉਂ ਨਹੀਂ ਬਣਾਇਆ? ਕਿਤੇ ਵੀ ਨੋਟ ਜਸਟ ਔਨ ਦੈਟ ਲੋਕੇਸ਼ਨ ਜਿਹੜੀ ਜ਼ਮੀਨ ਲਈ ਹੈ, ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਵਾਰੀ ਉਹਨਾਂ ਨੇ ਐਬਟਸਫੋਰਡ ਰਿਬਨ ਕੱਟੇ, 2 ਵਾਰੀ ਕੈਮਲੂਪਸ ਰਿਬਨ ਕੱਟੇ, ਬਟ ਬਣਾਇਆ ਕੁਛ ਨਹੀਂ, ਇੱਕ ਵੀ ਇੱਟ ਕਿਸੇ ਬਣੇ ਬਣਾਏ ਹੋਸਪਿਟਲ 'ਚ ਵੀ ਨਹੀਂ ਐਡ ਕੀਤੀ। ਸੋ ਹੁਣ ਵੀ ਜਿਹੜਾ ਉਹਨਾਂ ਦਾ ਇਲੈਕਸ਼ਨ ਪਲੈਟਫਾਰਮ ਸੀਗਾ ਉਹਦੇ ਵਿੱਚ ਕਿਤੇ ਉਹਨਾਂ ਨੇ ਨਹੀਂ ਸੀ ਕਿਹਾ ਪਹਿਲਾਂ ਵੀ ਉਹ ਹੋਸਪਿਟਲ ਨਵਾਂ ਬਣਾਉਣਗੇ ਸਰੀ ਦੇ ਵਿੱਚ। ਹੁਣ ਲਾਸਟ ਮਿੰਟ 'ਚ ਪੈਨਿਕ ਆ ਗਈ ਹੈ ਅਤੇ ਪਲੈਟਫਾਰਮ ਦੇ ਵਿੱਚ ਕਿਤੇ ਕੋਈ ਐਡੀਸ਼ਨ ਕਰ ਰਹੇ ਨੇ, ਕਿਤੇ ਕੋਈ ਐਡੀਸ਼ਨ ਕਰ ਰਹੇ ਨੇ ਤਾਂ ਕਿ ਸਾਨੂੰ ਕਿਤੇ ਕਿਸੇ ਤਰ੍ਹਾਂ ਹੋਰ ਵੋਟਾਂ ਮਿਲ ਜਾਣ। ਅਤੇ ਦਿਸ ਇਜ਼ ਜਸਟ ਅਨਦਰ ਐਗਜ਼ਾਮਪਲ ਆਫ ਦੇ ਹੈਵ ਅ ਹਿਸਟਰੀ ਆਫ ਫਲਿਪ ਫਲੋਪਿੰਗ, ਪਹਿਲਾਂ ਕੁਛ ਹੋਰ ਕਹਿਣਾ ਅਤੇ ਬਾਅਦ 'ਚੋਂ ਕੁਛ ਹੋਰ। ਸਰੀ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਦੂਸਰੇ ਪਾਸੇ ਸਰੀ ਦੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਦੇਖ ਦੋਹਾਂ ਪਾਰਟੀਆਂ ਵੱਲੋਂ ਸ਼ਹਿਰ ਵਾਸੀਆਂ ਦੀ ਇਸ ਮੁਸ਼ਕਲ ਦੇ ਜਲਦੀ ਹੱਲ ਲੱਭਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀਆਂ ਇਹਨਾਂ ਮੁਸੀਬਤਾਂ ਦਾ ਜ਼ਿੰਮੇਵਾਰ ਵਿਰੋਧੀ ਪਾਰਟੀ ਨੂੰ ਠਹਿਰਾਇਆ ਜਾ ਰਿਹਾ ਹੈ। ਬੇਸ਼ੱਕ ਦੀ ਇਨਸਾਨ ਵੱਡੇ ਵੱਡੇ ਮਹਿਲਾਂ 'ਚ ਰਹਿੰਦਾ ਆ, ਬੇਸ਼ੱਕ ਦੀ ਕੋਈ ਇਨਸਾਨ ਬੇਸਮੈਂਟ ਸੂਟ ਵਿੱਚ ਰਹਿੰਦਾ ਆ ਜਾਂ ਅਪਾਰਟਮੈਂਟ ਜਾਂ ਟਾਊਨ ਹਾਊਸ ਵਿੱਚ, ਹਰ ਇੱਕ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਆ ਜਦੋਂ ਅਸੀਂ ਜਾਈਦਾ ਆ, ਜਿਨੀ ਹਸਪਤਾਲ ਦਾ ਬਹੁਤ ਬੁਰਾ ਹਾਲ ਆ, ਬਹੁਤ ਓਵਰ ਕਰਾਊਡਿੰਗ ਆ, ਸਾਨੂੰ ਇੱਕ ਹੋਰ ਹਸਪਤਾਲ ਚਾਹੀਦਾ ਆ। ਸਾਡੀ ਪਾਰਟੀ ਨੇ ਪਹਿਲਾਂ ਹੀ ਪਲੈਟਫਾਰਮ ਵਿੱਚ ਪਾਇਆ ਸੀਗਾ, ਅਸੀਂ ਸਕੂਲ ਵੀ ਬਣਾਵਾਂਗੇ, ਅਸੀਂ ਹਸਪਤਾਲ ਵੀ ਬਣਾਵਾਂਗੇ। ਇਹ ਜਿਹੜੀ ਲੈਣ ਜੇ ਹੁੰਦੀ ਅੱਜ, ਇੱਥੇ ਹਸਪਤਾਲ ਬਣਾਉਣਾ ਬੜਾ ਸੌਖਾ ਸੀਗਾ, ਕਿਉਂਕਿ ਅਸੀਂ ਹੁਣ ਇਸ ਵੇਲੇ ਮੈਨੂੰ ਹੈਪੀ ਹਾਂ ਕਿ ਇੱਥੇ ਸਰੀ ਅਤੇ ਜਿਹੜਾ ਸਾਊਥ ਦਾ ਫਰੇਜ਼ਰ ਵਿੱਚ ਤਕਰੀਬਨ 3.5-4 ਲੱਖ ਦੀ ਪਾਪੂਲੇਸ਼ਨ ਵਧਣੀ ਆ ਆਉਣ ਵਾਲੇ 20 ਸਾਲ ਦੇ ਵਿੱਚ। ਤੁਸੀਂ ਇਹ ਸਮਝ ਗਏ ਅਨਦਰ ਸਰੀ ਇੱਥੇ ਮੂਵ ਹੋ ਰਹੀ ਆ, ਸੋ ਉਹਦੇ ਵਾਸਤੇ ਸਾਨੂੰ ਇੱਕ ਹਸਪਤਾਲ ਦੀ ਲੋੜ ਹੋਰ ਪੈਣੀ ਪੈਣੀ ਆ ਜੀ। ਵੈਲ, ਲਿਬਰਲਸ ਦਾ ਹੀ ਤਾਂ ਰੈਕਡ ਹੈਗਾ, ਜੇ ਆਪਾਂ ਦੋਹਾਂ ਪਾਰਟੀਆਂ ਦਾ ਕੰਪੈਰੀਜ਼ਨ ਕਰੀਏ, ਕਿਹੜੀ ਪਾਰਟੀ ਆ ਜਿਹਨੇ ਹੈਲਥ ਕੇਅਰ ਦੇ ਵਿੱਚ ਇਨਫਰਾਸਟ੍ਰਕਚਰ ਐਕਸਪੈਂਡ ਕੀਤਾ? ਲਿਬਰਲਸ ਜਿਹੜੇ ਜਦੋਂ ਦੇ ਪਾਵਰ 'ਤੇ ਆਏ ਨੇ, ਸਿਰਫ ਸਰੀ 'ਚ ਹੀ ਨਹੀਂ, ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 7 ਨਵੇਂ ਹੋਸਪਿਟਲ, 11 ਹੋਸਪਿਟਲ ਐਕਸਪੈਂਸ਼ਨਸ, 2 ਨਵੇਂ ਟਾਵਰਸ ਅਤੇ 10 ਐਡੀਸ਼ਨਸ ਕੀਤੀਆਂ ਉਹਨਾਂ ਨੇ। NDP ਨੇ ਕੀ ਕੀਤਾ? 0, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਕੁਛ ਬਣਿਆ ਸੀ ਉਹਦੀ ਇੱਟ ਵੀ ਨਹੀਂ ਕੋਈ ਹੋਰ ਇੱਕ ਉਹਨਾਂ ਨੇ ਐਡ ਕੀਤੀ। ਅਤੇ ਸਾਡੀ ਪਾਰਟੀ ਦਾ ਤਾਂ ਰੈਕਡ ਸ਼ੁਰੂ ਤੋਂ ਰਿਹਾ, ਵੀ ਬਿਲੀਵ ਇਨ ਐਕਸਪੈਂਡਿੰਗ ਇਨ ਹੈਲਥ ਕੇਅਰ, ਵੀ ਬਿਲੀਵ ਇਨ ਬਿਲਡਿੰਗ ਨਿਊ ਹੋਸਪਿਟਲਸ, ਵੀ ਬਿਲੀਵ ਇਨ ਐਕਸਪੈਂਡਿੰਗ ਦੀ ਐਗਜ਼ਿਸਟਿੰਗ ਹੋਸਪਿਟਲਸ। ਸਰੀ ਦੀ ਜਿਹੜੀ ਸਰੀ ਮੈਮੋਰੀਅਲ ਹੋਸਪਿਟਲ 'ਚ ਐਮਰਜੈਂਸੀ ਸੈਂਟਰ ਜਿਹੜਾ ਬਣਿਆ ਸੀਗਾ, ਜਿਸ ਵੇਲੇ ਉਹ ਬਣਿਆ ਇਟ ਵਾਸ ਦਾ ਬਿਗੈਸਟ ਇਨ ਕੈਨੇਡਾ, ਫਿਰ ਸਰੀ ਨੂੰ ਅਸੀਂ ਜਿਮ ਪੈਟਰਸਨ ਆਊਟ ਪੇਸ਼ੈਂਟ ਸੈਂਟਰ ਦਿੱਤਾ। ਸੋ ਐਬਸੋਲੂਟਲੀ, ਜਿਹਨੂੰ ਗੱਲ ਕਰਨੀ ਇੱਕ ਗੱਲ ਹੁੰਦੀ ਹੈ, ਉਸ ਬੰਦੇ ਦਾ ਜਾਂ ਉਸ ਪਾਰਟੀ ਦਾ ਰਿਕਾਰਡ ਕੀ ਹੈਗਾ ਉਹ ਦੇਖਣਾ ਦੂਸਰੀ ਗੱਲ ਹੈ। ਸਾਡਾ ਰਿਕਾਰਡ ਸ਼ੁਰੂ ਤੋਂ ਰਿਹਾ ਵੀ ਅਸੀਂ ਜੇ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਪੂਰਾ ਵੀ ਕਰਦੇ ਹਾਂ। ਵੀ ਹੈਵ ਬਿਲਟ ਹੋਸਪਿਟਲਸ ਇਨ ਦਾ ਪਾਸਟ ਇਨ ਬ੍ਰਿਟਿਸ਼ ਕੋਲੰਬੀਆ, ਵੀ ਬਿਲਟ ਫੈਸਿਲਿਟੀਜ਼ ਇਨ ਸਰੀ, ਵੀ ਵਿਲ ਗੋ ਔਨ ਦਾ ਸੇਮ ਪਾਥ। ਇਹੀ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ, ਇਹੀ ਸਾਡਾ ਪਲੈਟਫਾਰਮ ਕਹਿੰਦਾ ਆ ਰਿਹਾ ਕਿ ਜੋ ਅਸੀਂ ਐਡੀਸ਼ਨ ਇਨਫਰਾਸਟ੍ਰਕਚਰ ਦੇ ਵਿੱਚ, ਵੈਦਰ ਇਟ ਇਜ਼ ਹੈਲਥ ਕੇਅਰ, ਵੈਦਰ ਇਟ ਇਜ਼ ਟਰਾਂਸਪੋਰਟ, ਐਨੀ ਸੈਕਟਰ, ਜੋ ਜਿੱਦਾਂ ਹੀ ਕਰਦੇ ਆ ਰਹੇ ਉੱਦਾਂ ਹੀ ਅੱਗੇ ਵੀ ਕਰਦੇ ਰਹਾਂਗੇ। ਅਸੀਂ ਇੱਥੇ ਰੁਕ ਨਹੀਂ ਜਾਣਾ, ਵੀ ਵਿਲ ਕੰਟੀਨਿਊ ਐਂਡ ਵੀ ਵਿਲ ਡੂ ਈਵਨ ਮੋਰ।
ਦੇਖੋ ਐਸ ਕਮਿਊਨਿਟੀ ਵਿੱਚ ਸਰੀ ਪੈਨੋਰਾਮਾ ਏਰੀਆ ਵਿੱਚ ਗਵਰਨਮੈਂਟ ਦੀ ਜੋਬ ਆ ਸੋਸ਼ਲ ਜਿਹੜੀ ਇਨਫਰਾਸਟ੍ਰਕਚਰ ਬਣਾਉਣ ਲਈ, ਹੋਸਪਿਟਲ ਬਣਾਉਣ ਲਈ, ਸਕੂਲ ਬਣਾਉਣ ਲਈ, ਰੋਡਸ ਬਣਾਉਣ ਲਈ, ਸੋ ਦੈਟ ਜਿਹੜੇ ਸਾਡੇ ਪ੍ਰਾਈਵੇਟ ਬਿਜ਼ਨਸ ਪੀਪਲ ਆ ਉਹ ਆ ਕੇ ਬਿਲਡਿੰਗ ਬਣਾ ਸਕਦੇ ਆ, ਬਿਜ਼ਨਸ ਸ਼ੁਰੂ ਕਰ ਸਕਦੇ ਆ। ਪ੍ਰੋਬਲਮ ਇਹ ਆ ਵੀ ਬਿਲਡਿੰਗ ਸਾਡੀ ਕਮਿਊਨਿਟੀ ਬਣਾਉਣ ਡੇ ਆ ਪਰ ਗਵਰਨਮੈਂਟ ਨੇ ਸੋਸ਼ਲ ਸਰਵਿਸਿਸ ਪਾਈਆਂ ਨਹੀਂ ਲੋਕੇਸ਼ਨ ਵਿੱਚ, ਫਿਰ ਸਾਰਿਆਂ ਦੀ ਪ੍ਰੋਬਲਮ ਹੋ ਜਾਂਦੀ ਕਿ ਜਿਹੜੇ ਬਿਲਡਰਸ ਆ ਉਹ ਚਾਹੁੰਦੇ ਵੀ ਬਿਲਡ ਕਰਨ ਲਈ, ਮੋਰ ਹਾਊਸਿੰਗ ਇਜ਼ ਬੈਟਰ ਫੋਰ ਅਫੋਰਡੇਬਿਲਿਟੀ, ਪਰ ਪ੍ਰੋਬਲਮ ਉਹਨਾਂ ਲਈ ਇਹ ਵੀ ਜਦੋਂ ਕੋਈ ਸਕੂਲ ਨਹੀਂ ਹੈਗਾ ਫਿਰ ਲੋਕਲਸ ਕਹਿੰਦੇ ਵੀ ਤੁਸੀਂ ਘਰ ਬਣਾਈ ਜਾਂਦੇ ਹੋ ਅਤੇ ਸਕੂਲ ਨਹੀਂ ਹੈਗੇ। ਸੋ ਗਵਰਨਮੈਂਟਲੀ ਜੋਬ ਆ ਵੀ ਰਾਈਟ ਅਵੇ ਇਨਵੈਸਟਮੈਂਟ ਮੇਕ ਕਰਨ ਲਈ, ਬਿਲਡਿੰਗ ਜੋਬਸ, ਬਿਲਡਿੰਗ ਹੋਸਪਿਟਲ, ਬਿਲਡਿੰਗ ਸਕੂਲਸ, ਸੋ ਦੈਟ ਜਿਹੜੀ ਸਾਡੀ ਪ੍ਰਾਈਵੇਟ ਬਿਲਡਿੰਗ ਕਮਿਊਨਿਟੀ ਆ ਉਹ ਅਰਾਊਂਡ ਦੈਟ ਆਪਣੇ ਹਾਊਸਿੰਗ ਬਿਲਡ ਕਰ ਸਕਦੇ ਆ। ਉਮੀਦਵਾਰਾਂ ਵੱਲੋਂ ਸ਼ਹਿਰ ਵਾਸੀਆਂ ਨਾਲ ਆਪਣੀ ਗੱਲਬਾਤ ਦੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਹੈਲਥ ਕੇਅਰ ਵਰਗੇ ਹੋਰ ਵੱਡੇ ਮੁੱਦਿਆਂ ਨਾਲ ਨਜਿੱਠਣ ਲਈ ਆਪੋ ਆਪਣੀ ਸਰਕਾਰ ਆਮ ਲੋਕਾਂ ਲਈ ਫਾਇਦੇਮੰਦ ਦੱਸੀ ਜਾ ਰਹੀ ਹੈ। ਵੈਲ ਮੈਨੂੰ, ਮੈਂ ਵੀ ਡੋਰ ਨੋਕਿੰਗ ਲਈ ਜਾਂਦੀ ਹਾਂ, ਮੈਨੂੰ ਵੀ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਯੂ ਨੋ ਜਿਹੜਾ ਹੈਲਥ ਕੇਅਰ ਸਾਡੇ ਲਈ ਬਹੁਤ ਜ਼ਰੂਰੀ ਹੈ ਐਂਡ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਪਾਰਟੀ ਨੇ ਹੈਲਥ ਕੇਅਰ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਉਸ ਪਾਰਟੀ ਨੂੰ ਦੁਬਾਰਾ ਲੈ ਕੇ ਆਈਏ। ਅਸੀਂ ਨਹੀਂ ਚਾਹੁੰਦੇ ਵੀ ਜਿਹੜੀ ਪਾਰਟੀ 10 ਸਾਲ ਰਿਬਨ ਹੀ ਕੱਟਦੀ ਰਹੀ, ਕੀਤਾ ਕੱਖ ਨਹੀਂ, ਗੱਲਾਂ ਹੀ ਮਾਰਦੀ ਰਹੀ, ਉਹਨੂੰ ਲੈ ਕੇ ਆਈਏ। ਦਿਸ ਇਲੈਕਸ਼ਨ ਇਜ਼ ਜਸਟ ਅਨਦਰ ਐਗਜ਼ਾਮਪਲ ਵੀ ਉਹ ਇੱਧਰ ਗੱਪ ਛੱਡ ਦਿੰਦੇ, ਅਸੀਂ ਆਹ ਕਰ ਦਿਆਂਗੇ, ਉੱਧਰ ਅਨਾਊਂਸਮੈਂਟ ਕਰ ਦਿੰਦੇ, ਉਹ ਬੈਕਅਪ ਉਹਦੀ ਕੀ ਹੈ, ਉਹਦੇ ਪੈਸੇ ਕਿੱਥੋਂ ਆਉਣੇ ਆ, ਵੀ ਸਾਨੂੰ ਉੱਦਾਂ ਦੀ ਪਾਰਟੀ ਨਹੀਂ ਚਾਹੀਦੀ, ਸਾਨੂੰ ਉਹ ਪਾਰਟੀ ਚਾਹੀਦੀ ਜਿਹਨੇ ਕੰਮ ਕੀਤਾ ਅਤੇ ਸਾਨੂੰ ਦਿਖਾਇਆ ਕੀ ਕੰਮ ਹੋਇਆ। ਜੇ ਸਕੂਲਸ ਦੇ ਵਿੱਚ ਹੋਰ ਜ਼ਰੂਰਤ ਹੈ ਇਨਫਰਾਸਟ੍ਰਕਚਰ ਦੀ ਤਾਂ ਉਹਨਾਂ ਨੇ ਰਾਈਟ ਅਵੇ ਫੰਡਿੰਗ ਕੀਤੀ, ਹੋਰ ਸਕੂਲਸ ਬਣਾਏ, ਐਕਸਪੈਂਡ ਕੀਤੇ। ਸਰੀ ਲੋਨ ਦੇ ਵਿੱਚ ਹੀ ਜੇ ਆਪਾਂ ਦੇਖੀਏ 60 ਤੋਂ ਉੱਪਰ ਜਦੋਂ ਦੀ ਲਿਬਰਲ ਸਰਕਾਰ ਆਈ ਆ ਜਾਂ ਐਕਸਪੈਂਸ਼ਨਸ ਹੋਈਆਂ ਨੇ ਜਾਂ ਨਵੇਂ ਸਕੂਲ ਬਣੇ ਨੇ, ਹੁਣ ਵੀ 8,000 ਨਵੇਂ ਬੱਚੇ ਦੀ ਸਪੇਸ ਕ੍ਰੀਏਟ ਕਰਨ ਲਈ $317 million ਸਾਡੀ ਸਰਕਾਰ ਨੇ ਦਿੱਤਾ। ਸੋ ਇਹੀ ਗੱਲਾਂ ਮੈਨੂੰ ਵੀ ਸੁਣਨ 'ਚ ਆ ਰਹੀਆਂ ਨੇ ਜੀ, ਉਹੀ ਕਹਿੰਦੇ ਨੇ ਵੀ ਜੋ ਅਸੀਂ ਦੇਖਿਆ ਵੀ ਇਹ ਸਰਕਾਰ ਨੇ ਕੀਤਾ ਅਸੀਂ ਇੱਦਾਂ ਹੀ ਅੱਗੇ ਚੱਲਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਮੁੜ ਕੇ ਪਿਛਲੇ 90s ਦੇ ਵਿੱਚ ਜਿਹੜਾ ਉਹ ਦਹਾਕਾ ਸੀਗਾ ਜਦੋਂ ਸਾਰੇ ਬ੍ਰਿਟਿਸ਼ ਕੋਲੰਬੀਆ ਦਾ ਭੱਠਾ ਬੈਠ ਗਿਆ ਸੀ, 50,000 ਤੋਂ ਜ਼ਿਆਦਾ ਲੋਕ ਜਿਹੜੇ ਇੱਥੋਂ ਛੱਡ ਕੇ ਦੁਖੀ ਹੋ ਕੇ ਚਲੇ ਗਏ ਸੀ ਕਿਉਂਕਿ ਉਹਨਾਂ ਕੋਲ ਨੌਕਰੀਆਂ ਨਹੀਂ ਸੀ। ਅਸੀਂ ਉੱਥੇ ਵਾਪਸ ਨਹੀਂ ਜਾਣਾ ਚਾਹੁੰਦੇ। ਬੀਸੀ ਲਿਬਰਲ ਕੈਂਡੀਡੇਟ ਉਹ ਇਹੀ ਰੌਲਾ ਪਾਉਂਦੇ ਵੀ ਪੈਸੇ ਕਿੱਥੋਂ ਆਉਣੇ ਆ, ਜਿਹੜੇ ਪੈਸੇ ਉਹਨਾਂ ਦੀ ਬਜਟ ਵਿੱਚ ਆ ਉਹਨਾਂ ਪੈਸਿਆਂ ਵਿੱਚੋਂ ਹੀ ਆਉਣੇ ਆ। ਸਾਡੇ ਪਲੈਟਫਾਰਮ ਫੁੱਲੀ ਕੋਸਟਡ ਹੈਗਾ ਆ, ਹਰੇਕ ਚੀਜ਼ ਕਵਰ ਕੀਤੀ ਆ। ਕਹਿੰਦੇ ਤੁਹਾਡੇ ਪਲੈਟਫਾਰਮ ਵਿੱਚ ਹੈ ਨਹੀਂ, ਇੱਕ ਕੈਂਡੀਡੇਟ ਨੇ ਕਿਹਾ। ਤੁਸੀਂ ਸੋਚੋ ਪਲੈਟਫਾਰਮ ਉਹਨਾਂ ਨੇ ਪੜ੍ਹਿਆ, ਜੇ ਪੜ੍ਹਿਆ ਹੋਵੇ ਉੱਥੇ ਲਿਖਿਆ ਆ ਵੀ ਵਿਲ ਬਿਲਡ ਸਕੂਲਸ ਐਂਡ ਵੀ ਵਿਲ ਬਿਲਡ ਹੋਸਪਿਟਲਸ। ਅਸੀਂ ਸਰੀ ਦੀ ਗੱਲ ਸੁਣ ਲਈ ਆ, ਇੱਥੇ ਹਸਪਤਾਲ ਬਣੂਗਾ, ਪਰ ਬੀ ਸੀ ਲਿਬਰਲਸ ਨੇ ਨਾ ਹਸਪਤਾਲ ਬਣਾਇਆ ਐਂਡ ਹੁਣ ਲੱਗਦਾ ਵੀ ਉਹਨਾਂ ਦੇ ਕੈਂਡੀਡੇਟ ਅਪੋਜ਼ ਵੀ ਕਰ ਰਹੇ ਆ, ਅਤੇ ਕਈ ਕੈਂਡੀਡੇਟ ਬੀ ਸੀ ਲਿਬਰਲ ਦੇ ਇਹ ਵੀ ਕਹਿ ਰਹੇ ਆ ਵੀ ਪ੍ਰਾਈਵੇਟ ਹੈਲਥ ਕੇਅਰ ਵੀ ਠੀਕ ਆ। ਮੈਸੇਜ ਇਹ ਹੈਗਾ ਕਿ ਇਹ ਸਰਕਾਰ ਪਿਛਲੇ 16 ਸਾਲ ਆਮ ਹਾਰਡ ਵਰਕਿੰਗ ਮਿਡਲ ਕਲਾਸ ਦੇ ਉੱਤੇ ਟੈਕਸ ਵਧਾ ਕੇ ਆਪਣੇ ਜਿਹੜੇ ਹੈਗੇ ਆ ਰਿਚਸ 2% ਆ ਉਹਨਾਂ ਨੂੰ ਟੈਕਸ ਬ੍ਰੇਕ ਦਿੰਦੇ ਆਏ ਆ। ਹੁਣ ਮੌਕਾ ਹੈਗਾ ਲੋਕਾਂ ਦੇ ਕੋਲ ਉਹ ਸਾਰਾ ਕੁਝ ਚੇਂਜ ਕਰਨ ਦਾ, ਚੇਂਜ ਕਰਕੇ ਉਹ ਸਰਕਾਰ ਲੈ ਕੇ ਆਉਣ ਜਿੱਦਾਂ ਜੌਨ ਹੋਰਗਨ ਅਤੇ ਬੀ ਸੀ ਐੱਨ ਡੀ ਪੀ ਪ੍ਰਪੋਜ਼ ਕਰ ਰਹੇ ਆ ਕਿ ਅਸੀਂ ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਆ ਉਹਨਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਬਣਾਉਣੀਆਂ, ਅਤੇ ਜਿਹੜੀਆਂ ਸਰਵਿਸ ਜਿੱਦਾਂ ਹੈਲਥ ਕੇਅਰ 10-10 ਘੰਟੇ ਦੀ ਵੇਟ ਆ ਹਸਪਤਾਲਾਂ ਦੇ ਵਿੱਚ, 7,000 ਬੱਚਾ ਪੋਰਟੇਬਲ 'ਚ ਪੜ੍ਹਿਆ ਸਰੀ ਦੇ ਵਿੱਚ, ਟਰਾਂਸਪੋਰਟੇਸ਼ਨ ਦੀ ਇਹਨਾਂ ਨੇ ਪਿਛਲੇ 4 ਸਾਲ ਇਗਨੋਲੀ ਰਹੀ ਆ, ਉਹ ਸਾਰੀਆਂ ਜਿਹੜੀਆਂ ਸਰਵਿਸ ਜਿਹੜੀਆਂ ਕਿ ਲੋਕ ਕਾਊਂਟ ਕਰ ਸਕਣ ਉਹ ਤਿਆਰ ਕਰਨੀਆਂ, ਉਹਨਾਂ ਵਿੱਚ ਇਨਵੈਸਟ ਕਰਨਾ, ਔਰ ਗਾਂ ਫਿਰ ਇਕੋਨਮੀ ਦੇ ਵਿੱਚ ਉਹ ਜੋਬਸ ਕ੍ਰੀਏਟ ਕਰਨੀਆਂ, ਬਿਲਡਿੰਗ ਇਨਫਰਾਸਟ੍ਰਕਚਰ, ਹੋਸਪਿਟਲਸ, ਸਕੂਲਸ, ਅਤੇ ਉਹ ਅਤੇ ਬਾਕੀ ਜਿਹੜੀਆਂ ਸਾਡੀਆਂ ਰੈਟੋਫਿਟਿੰਗ ਕਰਨੀਆਂ, ਐਨਰਜੀ ਕਰਨ ਸੇਵਿੰਗ ਕਰਨ ਵਾਸਤੇ, ਉਹ ਸਾਰਿਆਂ ਵਾਸਤੇ ਉਹ ਜੋਬਸ ਕ੍ਰੀਏਟ ਕਰਨੀਆਂ ਜਿਹੜੀਆਂ ਕਿ ਗੁੱਡ ਪੇਇੰਗ ਫੈਮਿਲੀ ਸਪੋਰਟਿੰਗ ਜੋਬ ਹੋਣ ਅਤੇ ਲੋਕ ਉਹਨਾਂ 'ਤੇ ਡਿਪੈਂਡ ਕਰ ਸਕਣ। ਸੋ ਮੌਕਾ ਹੈਗਾ ਲੋਕਾਂ ਦੇ ਕੋਲ ਉਹ ਸਰਕਾਰ ਚੁਣ ਲਈ ਔਰ ਉਹ ਆਪਣਾ ਡਿਸੀਜਨ ਬਣਾਉਣ ਲਈ ਕਿ ਅਸੀਂ ਹੋਰ ਵਧੀਆ ਬ੍ਰਿਟਿਸ਼ ਕੋਲੰਬੀਆ ਨੂੰ ਬਣਾ ਸਕੀਏ। ਵੈਲ ਵੋਟਰਸ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਇਲੈਕਸ਼ਨ ਕੋਈ ਵੀ ਹੁੰਦੀ ਹੈ, ਦਿਸ ਇਜ਼ ਯੋਰ ਡਿਸੀਜ਼ਨ, ਇਹ ਡੈਮੋਕ੍ਰੇਸੀ ਹੈਗੀ ਹੈ। ਇਸ ਵੇਲੇ ਤੁਸੀਂ ਡਿਸਾਈਡ ਕਰਦੇ ਹੋ ਵੀ ਤੁਸੀਂ ਕਿਹਨੂੰ ਚਾਹੁੰਦੇ ਹੋ ਤੁਹਾਡਾ ਸੂਬਾ ਚਲਾਉਣਾ ਨੈਕਸਟ 4 ਈਅਰਸ। ਸੋ ਤੁਹਾਡੇ ਸਾਹਮਣੇ ਕਲੀਅਰ ਐਗਜ਼ਾਮਪਲ ਹੈਗਾ, ਤੁਸੀਂ 10 ਸਾਲ ਜਦੋਂ ਐੱਨ ਡੀ ਪੀ ਰੂਲ ਕਰਦੀ ਸੀ ਉਦੋਂ ਕੀ ਹੋਇਆ ਉਹ ਵੇਖੋ, ਔਰ ਆਈ ਸ਼ੁੱਧ ਸੇ ਉਦੋਂ ਕੀ ਨਹੀਂ ਹੋਇਆ, ਕੱਖ ਵੀ ਨਹੀਂ ਹੋਇਆ ਉਦੋਂ, ਨਾ ਉਹਨਾਂ ਨੇ ਕੋਈ ਯੂ ਨੋ ਜਿਹੜੇ ਵੀ ਬ੍ਰਿਜਸ, ਹਾਈਵੇਜ, ਟਰਾਂਸਪੋਰਟੇਸ਼ਨ, ਇਨਫਰਾਸਟ੍ਰਕਚਰ ਅਸੀਂ ਕੀਤਾ ਸਾਰਿਆਂ ਦੇ ਉਹ ਅਗੇਂਸਟ ਨੇ। ਹੋਸਪਿਟਲਸ ਦੀ ਆਪਾਂ ਜਿਵੇਂ ਗੱਲ ਕੀਤੀ, ਕੱਖ ਵੀ ਨਹੀਂ ਬਣਾਇਆ ਉਹਨਾਂ ਨੇ, ਰਾਈਟ। ਸੋ ਉਹ ਤੁਸੀਂ ਉਸ ਏਰਾ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਹੋ ਵੀ ਜਿੱਥੇ ਕੁਛ ਵੀ ਨਹੀਂ ਹੋਇਆ, ਕਿ ਤੁਸੀਂ ਪਿਛਲੇ 16 ਸਾਲਾਂ ਵਿੱਚ ਵੇਖੋ ਸਪੈਸ਼ਲੀ ਸਾਡੀ ਕਮਿਊਨਿਟੀ ਕਿੰਨੀ ਤਰੱਕੀ ਕੀਤੀ। ਅਸੀਂ ਵੱਡੇ ਵੱਡੇ ਘਰ ਲਈ ਬੈਠੇ ਹਾਂ, ਗੱਡੀਆਂ ਲਈ ਬੈਠੇ ਹਾਂ, ਅਸੀਂ ਫਲਰਿਸ਼ ਕਰ ਰਹੇ ਹਾਂ, ਰਾਈਟ। ਸਾਡੀ ਨੈਕਸਟ ਜਨਰੇਸ਼ਨ ਦੇ ਆਰ ਡੂਇੰਗ ਵੈਲ, ਉਹਨਾਂ ਕੋਲ ਨੌਕਰੀਆਂ ਨੇ, ਖੁਸ਼ਹਾਲੀ ਹੈ, ਕਿ ਤੁਸੀਂ ਉਹੀ ਉੱਦਾਂ ਹੀ ਗਾਹਾਂ ਦੇਖਣਾ ਚਾਹੁੰਦੇ ਹੋ, ਉਹ ਸੋਚੋ ਐਂਡ ਦੈਨ ਕਮ ਇਟ ਕਮਸ ਡਾਊਨ ਟੂ ਕੈਂਡੀਡੇਟਸ। ਤੁਸੀਂ ਆਪਣੇ ਏਰੀਏ ਦੇ ਵਿੱਚ ਕੈਂਡੀਡੇਟਸ ਦੇਖੋ ਵੀ ਤੁਹਾਡੇ ਕੈਂਡੀਡੇਟਸ ਤੁਹਾਨੂੰ ਕੀ ਪ੍ਰੋਵਾਈਡ ਕਰ ਸਕਦੇ ਨੇ। ਯੂ ਨੋ ਕੋਈ ਇੱਕ ਬੰਦਾ ਇੰਨੇ ਸਾਲਾਂ ਤੋਂ ਯੂ ਨੋ ਇੱਧਰੋਂ ਹਾਰ ਗਏ, ਉੱਧਰ ਖੜ੍ਹੇ ਹੋ ਗਏ, ਉੱਧਰੋਂ ਹਾਰ ਗਏ, ਤੀਜੇ ਪਾਸੇ ਖੜ੍ਹੇ ਹੋ ਗਏ, ਉਹ ਚਾਹੁੰਦੇ ਹੋ ਕਿ
ਜਿਹਨੇ ਇੰਨੇ ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਕੰਮ ਕੀਤਾ ਜਿਹੜਾ ਤੁਹਾਨੂੰ ਡਿਲੀਵਰ ਕਰ ਸਕਦਾ ਜਿਹੜਾ ਯੂ ਨੋ ਹੂ ਸਟੈਪਡ ਅਪ ਟੂ ਸਰਵ ਦ ਕਮਿਊਨਿਟੀ ਤੁਸੀਂ ਉਹਨੂੰ ਚਾਹੁੰਦੇ ਹੋ ਸੋ ਦਿਸ ਇਜ਼ ਦ ਡਿਸੀਜਨ ਦੈਟ ਦ ਪੀਪਲ ਹੈਵ ਟੂ ਮੇਕ ਐਂਡ ਦੇ ਆਰ ਦ ਵਨਸ ਹੂ ਵਿਲ ਦੈਨ ਡਿਸਾਈਡ ਜਿਵੇਂ ਆਪਾਂ ਕਹੀਦਾ ਵੀ ਡੈਮੋਕਰੇਸੀ ਹੈ ਲੋਕਤੰਤਰ ਹੈ 9 ਤਰੀਕ ਨੂੰ ਸੋਚੋ ਸਮਝੋ ਅਤੇ ਫਿਰ ਵੋਟ ਪਾਓ ਬਟ ਸਭ ਤੋਂ ਜ਼ਰੂਰੀ ਵੋਟ ਜ਼ਰੂਰ ਪਾਓ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦਾ ਇਹ ਸਮਾਂ ਦੋਹਾਂ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੰਦੇ ਹੋਏ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਸ ਦਾ ਫੈਸਲਾ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਦੇ ਹੱਥ ਵਿੱਚ ਹੈ ਸ਼ੁਭਦੀਪ ਰਿਆੜ TPS ਨੈਟਵਰਕ ਸਰੀ